ਹਲੇ ਬਣਿਆ ਮਾਹੌਲ ਕਹਿੰਦੀ ਰੱਖੀ ਪੇਸ਼ੈਂਸ ਤੂੰ ਆ ਛੱਡਦਾ ਸਰੀਰ ਮੰਗੇ ਵੈਂਟੀਲੇਸ਼ਨ ਕਹਿੰਦੀ ਦਿਲ ਵਾਲੇ ਬੂਹਿਆਂ ਨੂੰ ਆਉਣਾ ਔਖਾ ਤੂੰ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਕੀ ਹਾਲ ਚਾਲ ਨੇ ਆਈ ਹੋਪ ਤੁਸੀਂ ਠੀਕ ਠਾਕ ਹੋਗੇ ਯੋਯੋ ਹਨੀ ਸਿੰਘ ਭਾਜੀ ਜੀ ਦੀ ਜਿਹੜੀ ਗਰੂਲੀ ਐਰ ਬੰਬ ਆਈ ਸੀ ਉਹਦੇ 'ਚ ਜਿਹੜਾ ਹਾਈ ਔਨ ਮੀ ਸੌਂਗ ਆਇਆ ਸੀ ਉਹਦੀ ਅਫੀਸ਼ੀਅਲੀ ਵੀਡੀਓ ਆ ਚੁੱਕੀ ਆ ਤੇ ਆਓ ਦੇਖਣਾ ਕਰਦੇ ਆ ਸੌਂਗ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੋ ਯੋਯੋ ਭਾਜੀ ਨੂੰ ਪਿਆਰ ਕਰਦਾ ਯੋਯੋ ਹਨੀ ਸਿੰਘ ਭਾਜੀ ਨੂੰ ਪਿਆਰ ਕਰਦੇ ਵੀਡੀਓ ਲਾਈਕ ਕਰਦੇ ਕਮੈਂਟ ਕਰਿਓ ਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਇਹ ਗਾਣਾ ਕਿੱਦਾਂ ਦਾ ਲੱਗਾ ਬਾਕੀ ਦੇਖਦੇ ਆ ਵੀਡੀਓ ਹੁਣੇ ਹੁਣੇ ਵੀਡੀਓ ਆਈ ਆ ਜਸਟ 2 ਮਿੰਟ ਹੀ ਹੋਏ ਆ ਤੇ ਬਾਕੀ ਗੱਲ ਆਪਾਂ ਬਾਅਦ ਚ ਕਰਾਂਗੇ ਪਲੀਜ਼ ਦੇਖਾਂਗੇ ਬਾਈ ਦੀ ਵੀਡੀਓ यार भाजी बहुत डिफरेंट एरिया दे काम किया इस एल्बम दे च ग्लोरी दे च मैं देख रहा मतलब पूरी अपनी वाइब पंजाबी रखी एक दे भाई ने है ना स्लैंग पूरा पंजाबी रखा ना बाकी जिहड़ा एक दो हरियाणवी गाने आए आ एक दो हिप हॉप है ना वो चीज़ा बहुत डिफरेंट कीतियां एरिया दे भाई ने सीरीयसली यार भाई पहलो कुछ होर सी मगर एरिया दी कुछ होर निखर के आया तो जिहड़ी गार्ली एल्बम आ रही होर तगड़ी आ Wagwan London naal mere Steve ne fir club bed khed de asip walk de patole rakh de na ole din saadi role dulle akhan vich chokki tag di alert kara kiss fire mere dil nu machondi billo kiss fire assi udde de nishaniyan nu sit lende desi munde kade kar de na miss fire oh ethe lyrics je nahi samajh aunde te apan hindi ch convert kar dene aa chhadde pai London naal mere Steve ne fir club bed khed de asip top de patole rakh de na ole din saadi role dulle akhan vich chokki tag di alert kara kiss fire mere dil nu machondi billo kiss fire assi udde de nishaniyan nu sit lende desi munde kade ka हम उड़ते निशाने को नीचे सुप फेंक लेते हैं मतलब नीचे गिरा लेते हैं जो ज्यादा उड़ते हैं ਬਾਈ ਦਾ ਹੱਸਣ ਦਾ ਸਲੈਗ ਪੂਰਾ ਵਾਇਰਲ ਆ ਬਣਿਆ ਮਾਹੌਲ ਕਹਿੰਦੀ ਰੱਖੀ ਪੇਸ਼ੈਂਸ ਤੂੰ ਆ ਛੱਡਦਾ ਸਰੀਰ ਮੰਗੇ ਵੈਂਟੀਲੇਸ਼ਨ ਕਹਿੰਦੀ ਦਿਲ ਵਾਲੇ ਬੂਹਿਆਂ ਨੂੰ ਆਉਣਾ ਔਖਾ ਟੂ ਫੈਕਟਰ ਮੰਗ ਦੀ ਆਥੈਂਟੀਕੇਸ਼ਨ ਯਾਰ ਇਹ ਚੀਜ਼ ਤਾਂ ਬਹੁਤ ਤਗੜੀ ਆ ਯਾਰ ਹਲੇ ਬਣਿਆ ਮਾਹੌਲ ਕਹਿੰਦੀ ਰੱਖੀ ਪੇਸ਼ੈਂਸ ਤੂੰ ਆ ਛੱਡਦਾ ਸਰੀਰ ਮੰਗੇ ਵੈਂਟੀਲੇਸ਼ਨ ਕਹਿੰਦੀ ਦਿਲ ਵਾਲੇ ਬੂਹਿਆਂ ਨੂੰ ਆਉਣਾ ਔਖਾ ਟੂ ਫੈਕਟਰ ਮੰਗ ਦੀ ਆਥੈਂਟੀਕੇਸ਼ਨ ਆਈ ਕਿਸ ਦ ਸੋਲ ਵਿਦ ਮਾਈ ਆਈਜ਼ ਬੀਟਿੰਗ ਯੂ ਅ ਗੁੱਡ ਟ੍ਰਿਪ ਕਰ ਆ ਫੈਂਟਸਾਈਜ਼ ਨਹੀਂ ਤਾਂ ਕਰਾਂ ਮੈਂ ਸਪੋਇਲ ਨਾ ਕੋਫੀਆਂ ਨਾ ਦੇ ਵਾ ਜ਼ਿੰਦਗੀ ਚ ਕਰ ਦੇਹੀ ਐਂਟਰਪ੍ਰਾਈਜ਼ ਵੈਲੀਆਂ ਨਾ ਵੈਲੀ ਸਿੱਧੇ ਆ ਨਾ ਐਕਟ ਵਾਈਸ ਮੇਰੇ ਬਾਰੇ ਚੈੱਕ ਕਰ ਲਈ ਫੈਕਟ ਵਾਈਸ ਗੀਤ ਸੁਣਦੇ ਹੀ ਪਾਪ ਸਾਰੇ ਧੁਲ ਜਾਣੇ ਯੋ ਹਨੀ ਸਿੰਘ ਬੀਟ ਕਰੇ ਬੈਡ ਡਾਈਸ ਯੋ ਹਨੀ ਸਿੰਘ ਬੀਟ ਕਰੇ ਬੈਡ ਡਾਈਸ ਕਹਿੰਦਾ ਮੇਰੇ ਗਾਣੇ ਸੁਣਦੇ ਪਾਪ ਸਾਰੇ ਧੁੱਪ ਜਾਣੇ ਯੋ ਹਨੀ ਸਿੰਘ ਕਿਵੇਂ ਕਰੇ ਬੈਡ ਡਾਈਸ ਦੇਖੋ ਹਨੀ ਸਿੰਘ ਕਿਵੇਂ ਕਰੇ ਬੈਡ ਡਾਈਸ ਯੋ ਹਨੀ ਸਿੰਘ ਕਿਵੇਂ ਕਰੇ ਬੈਡ ਡਾਈਸ ਕੈਟ ਬਹੁਤ ਕੈਟ ਯਾਰ ਬਹੁਤ ਸੋਹਣਾ ਯਾਰ ਤੇਜੀ ਸੰਧੂ ਬਾਈ ਨੇ ਬਹੁਤ ਸੋਹਣੀ ਵੀਡੀਓ ਬਣਾਈ
ਅਤੇ ਟੀ ਸੀਰੀਜ਼ ਨੇ ਬਹੁਤ ਸੋਹਣਾ ਕੰਮ ਕੀਤਾ ਵੀਡੀਓ ਬਣਾਉਣ ਦੇ ਵਿੱਚ। ਅਤੇ ਬਾਕੀ ਇਹੋ ਹੀ ਭਾਅ ਜੀ, ਅਤੇ ਐਂਡ ਹੀ ਆ ਮਤਲਬ ਜਿਹੜੇ ਗਾਣੇ ਦੇ 'ਚ ਆ ਜਾਂਦੇ ਉਹ ਗਾਣੇ ਦਾ ਮਤਲਬ ਪੱਲੜਾ ਹੀ। ਹੁਣ ਇਸ ਟਾਈਮ 'ਚ ਸਭ ਤੋਂ ਜ਼ਿਆਦਾ ਹਾਈਪ 'ਤੇ ਸਿੰਗਰ ਚੱਲ ਰਿਹਾ ਤਾਂ ਮੈਨੂੰ ਯੋ ਹਨੀ ਸਿੰਘ ਹੀ ਭਾਅ ਜੀ ਲੱਗਦੇ, ਕਿਉਂਕਿ ਬਹੁਤ ਘੈਂਟ ਬੰਦਾ ਗਾਉਂਦਾ ਯਾਰ ਸੀਰੀਅਸਲੀ। ਮਤਲਬ ਦੁਬਾਰਾ ਤੋਂ ਰੀਐਂਟਰੀ ਕਰਨੀ ਬਹੁਤ ਔਖੀ ਇੰਡਸਟਰੀ ਦੇ ਵਿੱਚ, ਜਿਹੜੀ ਯੋ ਭਾਅ ਜੀ ਨੇ ਕਰਕੇ ਦਿਖਾਈ ਹੈ, ਹਨਾ। ਇੱਕ ਵਾਰੀ ਸਾਰੇ ਫੇਮਸ ਹੋ ਜਾਵਾਂ, ਮਗਰ ਦੁਬਾਰਾ ਇੰਡਸਟਰੀ ਦੇ ਵਿੱਚ ਆ ਕੇ ਉਹੀ ਆਪਣਾ ਦੌਰ ਲਿਆਉਣਾ ਬਹੁਤ ਔਖਾ, ਹਨਾ। ਕਿਆ ਕਰੇਜ਼ ਆ ਬੰਦੇ ਦਾ ਯਾਰ, ਮੈਂ ਕਹਿੰਦਾ ਲੋਕਾਂ 'ਚ ਵੱਖਰਾ ਹੀ ਕਰੇਜ਼ ਆ ਯਾਰ। ਬਾਕੀ ਤੁਸੀਂ ਦੱਸਿਓ ਤੁਹਾਨੂੰ ਸੌਂਗ ਕਿੱਦਾਂ ਦਾ ਲੱਗਾ, ਰਿਐਕਸ਼ਨ ਕਿੱਦਾਂ ਲੱਗਾ, ਵਧੀਆ ਲੱਗਾ ਤਾਂ ਵੀਡੀਓ ਲਾਈਕ ਕਰ ਦਿਓ, ਕਮੈਂਟ ਕਰਿਓ। ਮਿਲਦੇ ਜਲਦੀ ਨੈਕਸਟ ਵੀਡੀਓ। ਸਤਿ ਸ਼੍ਰੀ ਅਕਾਲ, ਬਾਏ ਬਾਏ।